अज श्री अकाल तख्त साहिब विखे पंज सिंह साहिबान की इकत्रता मौके सुचा सिंह लंगाह दे पुत्र सुखजिंदर सिंह सोनू वलो अपने पिता नूं माफी दिलवाउण लई श्री अकाल तख्त साहिब दे दफ्तर विच दित्ता गया मंग पत्र। एप्लीकेशन दित्ती है जी, बस धन्यवाद जी। धन्यवाद जी। जिला मोगी दे पिंड कपूरे विखे अमर सिंह वेलफेयर क्लब दे उहदेदार सोहन सिंह कपूरे अते हरजिंदर सिंह कपूरे वलो पिंड दे घर घर विच लगाए गए फलदार बूटे पिछले तीन सालां तों लगातार अमर सिंह वेलफेयर क्लब वलो पिंड दे सांझे रस्ते ते लगाए जांदे ने हर साल 2100 बूटे। असीं 3 साल तों इह मुहिम विधी है। 3 साल पहलां बूटे लाए से अमरूदां दे एप्पल ग्रेस क्वालिटी दे मलेरकोट तों लै के आए सीगे ते ओ बूटे घर घर दे विच लाए सी सारे नगर दे विच ते ओ बूटे पिछले साल तो फल दे रहे हैं ते उस तो बाद असी हर साल ही फलदार बूटे लैके आउने हैं ते नगर दे विच ला रहे हैं घरां दे विच एर की भी बूटे लियांदे फलदार अलग अलग किस्म दे तकरीबन साडी मुहिम ही है वी हर साल बूटे फलदार लिया करने हैं ते पिंड दे विच लाया करने वध तो वध फल बच्चे खाण। आपां जी हर साल अपने क्लब वालों बूटे लाए जांदे आ। अपना क्लब 2016 दे विच बनिया सी। 2016 तो पहला आप फिरनी तो बूटे लाए सी, सड़कों पर भी लाए है। पिछले साल असी 800 के करीब जिहड़ा एप्पल क्रॉस का वधिया अमरूद लाया सी। इस साल भी असी जिहड़ी सरकार ने ऐप चलाई है हरियाली ऐप उहदे ते बुक करके ते मरेलकोटले तो जिहड़े NRI वीरां ने सेवा भेजी उहदे बूटे असी मुल भी लैके आए नगर दे विच लाउण दे लई। इहदे बारे सारे SDMs नूं हदायत की गई सी ਵੀ ਜੇਕਰ ਇੱਦਾਂ ਦਾ ਕੋਈ ਕੇਸ ਨੋਟਿਸ ਵਿੱਚ ਆਉਂਦਾ ਹੈਗਾ ਤਾਂ ਉਹਨਾਂ ਦੇ ਅਗੇਂਸਟ ਜਿਹੜਾ ਫੋਰੈਸਟ ਐਕਟ ਦੇ ਤਹਿਤ ਪਰਚਾ ਕਰਾਏਗਾ। ਤੁਸੀਂ ਮੇਰੇ ਨੋਟਿਸ 'ਚ ਲਿਆਂਦਾ ਹੈਗਾ, ਮੈਂ ਇੱਕ ਵਾਰੀ ਫਿਰ ਇਹਨੂੰ ਮੈਂ ਚੈੱਕ ਵੀ ਕਰਾ ਲੈਣਾ ਹੈਗਾ। ਇੱਧਰ SSP ਸਾਹਿਬ ਨੂੰ ਵੀ ਕਹਿ ਦਿੰਦੇ ਹੈਗੇ ਕਿ ਜੇ ਇੱਦਾਂ ਦਾ ਕੋਈ ਇੰਸੀਡੈਂਟ ਆਉਂਦਾ ਹੈਗਾ ਤਾਂ ਇਮੀਡੀਏਟਲੀ ਜਿਹੜੀ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਦਗਿੱਲ ਵਿੱਚ ਬੀਤੀ ਰਾਤ ਕੁਝ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ NRI ਪਰਿਵਾਰ ਦੇ ਘਰ ਤੇ ਗੋਲੀਆਂ ਚਲਾ ਕੇ ਕੀਤਾ ਹਮਲਾ। ਕੀਤੇ ਗਏ ਇਸ ਹਮਲੇ ਵਿੱਚ ਜਾਨੀ ਨੁਕਸਾਨ ਤੋਂ ਰਿਹਾ ਬੱਚਾ, ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ। ਮੇਰਾ ਨਾਮ ਫਤਿਹ ਸਿੰਘ ਹੈ ਜੀ। ਇਹ ਸਾਡੇ ਭਾਂਜ ਹੈ ਜੀ ਇੱਥੇ ਜੀ ਅਤੇ ਰਾਤ 9:40 ਤੋਂ 45 ਮਿੰਟ ਦੇ ਵਿੱਚ ਅਣਪਛਾਤੇ ਬੰਦੇ ਆਏ ਆ, ਉਹਨਾਂ ਨੇ ਫਾਇਰ ਕੀਤੇ ਇੱਥੇ ਅਤੇ 5-6 ਜਿਹੜੇ ਖੋਖੇ ਆ ਉਸ ਨੇ ਬਰਾਮਦ ਕਰ ਲਏ ਅਤੇ ਪੁਲਿਸ ਜਿਹੜੀ ਉਹ ਪੂਰੀ ਰਾਤ ਦੀ ਭੱਜ ਦੌੜ ਕਰ ਰਹੀ ਹੈ। ਪੂਰੀਆਂ ਦੇ ਅਸੀਂ 3-4 ਦਿਨ ਦੇ ਵਿੱਚ ਸਾਰਾ ਰਿਜ਼ਲਟ ਕਰ ਲਿਆ। ਸਰ ਦੋਸ਼ੀ ਕਾਹਦੇ ਉੱਤੇ ਆਏ ਗਏ? ਦੋਸ਼ੀ ਗੱਡੀ 'ਤੇ ਆਏ ਆ ਜੀ। ਅਤੇ ਕਿੰਨੀ ਕੁ ਗਿਣਤੀ ਹੈ? ਇਹ ਨਹੀਂ ਕੁਛ ਪਤਾ ਲੱਗ ਸਕਿਆ ਜੀ, ਰਾਤ ਇਹ ਨਹੀਂ ਪਤਾ ਲੱਗਾ, ਕੈਮਰਾ ਨਹੀਂ ਹੈਗਾ ਬਾਹਰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਇਹ ਕਰਦੇ ਛੇਤੀ ਤੋਂ ਛੇਤੀ ਇਹਨਾਂ ਨੂੰ ਫੜਿਆ ਜਾਵੇ ਜਲਦੀ ਤੋਂ ਜਲਦੀ। ਵੀ ਜੀ ਮੇਰਾ ਨਾਮ ਗੁਰਸਾਹਿਬ ਸਿੰਘ ਆ ਅਤੇ ਪਿੰਡ ਕਦਗਿੱਲ ਦੇ ਅਸੀਂ ਰਹਿਣ ਵਾਲੇ ਹਾਂ ਅਤੇ ਮੈਂ ਆਸਟ੍ਰੇਲੀਆ ਤੋਂ ਆਇਆ, ਕੁਝ 6 ਮਹੀਨੇ ਹੋ ਗਏ ਆ ਅਤੇ ਰਾਤੀ ਉਹ ਅਣਪਛਾਤੇ ਬੰਦਿਆਂ ਲੋਕ ਇੱਥੇ ਫਾਇਰ ਮਾਰੇ ਗਏ ਸਾਡੇ ਘਰ ਦੇ ਬਾਹਰ ਕਿ ਜਿਹਨੇ ਸਾਡਾ ਮਾਹੌਲ ਬਹੁਤ ਜ਼ਿਆਦਾ ਹੀ ਖਰਾਬ ਕੀਤਾ ਹੋਇਆ ਅਤੇ 2 ਫਾਇਰ ਬੂਹੇ 'ਚ ਵੱਜੇ ਆ, 3-4 ਇੱਧਰ ਕੰਧ ਦੇ ਵਿੱਚ ਵੱਜੇ ਆ ਅਤੇ ਬਹੁਤ ਜ਼ਿਆਦਾ ਸਹਿਮੇ ਹੋਏ ਮੈਂ। ਅਤੇ ਕੀ ਤੁਹਾਨੂੰ ਕੀ ਲੱਗਦਾ ਮੁੱਢਲੇ ਜਿਹੜੀ ਜਾਣ 'ਚ? ਅਜੇ ਤੱਕ ਸਾਨੂੰ ਕੋਈ ਆਈਡੀਆ ਨਹੀਂ ਕਿ ਕਿਹੜਾ ਬੰਦਾ ਕੀ ਕਿਹਦਾ ਹੱਥ ਇਹਦੇ ਪਿੱਛੇ ਕੀ ਸੀਨ ਆ, ਕਿਉਂਕਿ ਮੈਂ ਤਾਂ ਖੁਦ ਬਾਹਰ ਰਹਿੰਦਾ ਅਤੇ ਅਸੀਂ ਤਿੰਨੇ ਭੈਣ ਭਰਾ ਹੀ ਬਾਹਰ ਰਹਿੰਦੇ ਅਤੇ ਡੈਡੀ ਹੋਣੀ ਵੀ ਇੱਥੇ ਕੋਈ ਹੈ ਨਹੀਂ, ਇਹ ਪੈਲੀ ਠੀਕ ਇਹਦੇ ਆ, ਇਹੋ ਜਿਹਾ ਮਸਲਾ ਹੈ ਨਹੀਂ। ਅਤੇ ਪੁਲਿਸ ਨੇ ਕੀ ਕਾਰਵਾਈ ਲੈਂਦੀ? ਪੁਲਿਸ ਆਈ, ਉਹਨਾਂ ਨੇ ਹਾਂਜੀ ਆਪਣੀ ਕਾਰਵਾਈ ਕਰ ਰਹੇ ਨੇ ਉਹ, ਅਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਸੀਂ 1-2 ਦਿਨਾਂ 'ਚ ਤੁਹਾਡੇ ਕੋਲ ਵਧੀਆ ਨਿਊਜ਼ ਲੈ ਕੇ ਆਵਾਂਗੇ। ਅਤੇ ਕੋਈ ਖੋਲ ਵੀ ਪੁਲਿਸ ਨੇ ਬਰਾਮਦ ਕੀਤੇ ਮੌਕੇ ਤੇ? ਹਾਂਜੀ ਹਾਂਜੀ। ਕਿੰਨੇ ਕੁ? ਉਹ 4-5 ਹੋਏ ਜੀ। ਕੋਰੋਨਾ ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੁਧਿਆਣਾ ਦੇ ਵਿੱਚ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਓਡ ਅਤੇ ਈਵਨ ਦੇ ਫਾਰਮੂਲੇ ਤੇ ਖੋਲਣ ਦਾ ਫੈਸਲਾ ਲਿਆ ਗਿਆ, ਜਿਸ ਨੂੰ ਲੈ ਕੇ ਬੀਤੇ ਦਿਨ ਦੁਕਾਨਾਂ ਤੇ ਨੰਬਰ ਵੀ ਲਗਾਏ ਗਏ ਅਤੇ ਅੱਜ ਈਵਨ ਨੰਬਰ ਵਾਲੀਆਂ ਦੁਕਾਨਾਂ ਖੁੱਲੀਆਂ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਪਰੇਸ਼ਾਨ ਦੁਕਾਨਦਾਰਾਂ ਨੇ ਕਿਹਾ ਕਿ ਠੇਕੇ ਵੀ ਕੀਤੇ ਜਾਣ ਬੰਦ। ਕੋਵਿਡ-19 ਮਹਾਮਾਰੀ ਬਿਮਾਰੀ ਹੈ, ਸਭ ਸਮਝਦੇ ਹਾਂ ਅਸੀਂ। ਅਸੀਂ ਪਹਿਲਾਂ ਵੀ ਤੇਰੇ ਮੈਂ ਦੁਕਾਨਾਂ ਬੰਦ ਰੱਖੀਆਂ ਆਪਣੀਆਂ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਇਹ ਬੰਦ ਕਰਾਉਣਾ ਤਾਂ ਤੁਸੀਂ ਸਭ ਕੁਝ ਬੰਦ ਕਰਵਾਓ। ਫੈਕਟਰੀਆਂ ਵਿੱਚ ਕੋਈ ਮਜ਼ਦੂਰ ਨਾਲ ਕਰੋਨਾ ਨਹੀਂ ਹੋਏਗਾ, ਕਿ ਦੁਕਾਨਦਾਰ ਜਿਹਨਾਂ ਕੋਲ 10 ਗ੍ਰਾਹਕ ਦਿਹਾੜੀ 'ਚ ਨਹੀਂ ਆਉਂਦੇ ਹੈ ਉਹਨਾਂ ਨਾਲ ਕਰੋਨਾ ਹੋਜੇਗਾ? ਆਮ ਬੰਦਾ ਗਰੀਬ ਪਰਿਵਾਰ ਕਿਰਾਏ ਕਿੱਥੋਂ ਕੱਢੇਗਾ? ਕਿੱਥੋਂ ਰੋਟੀ ਖਾਏਗਾ? ਮੈਨੂੰ ਕਹਦਾ ਜੋ ਕਿੱਥੋਂ EMI ਕਿਸਾਂ ਦੇਗਾ? ਕਿੱਥੋਂ ਬਿੱਲ ਦੱਸ 15 ਬੰਦਿਆਂ ਦਾ ਬਿੱਲ ਆ ਰਹੇ ਹੈ ਬੈਠਿਆਂ ਦੇ? ਕੋਈ ਤੁਸੀਂ ਆਪ ਆ ਕੇ ਦੇਖੋ, ਸਰਕਾਰ ਕੈਪਟਨ ਆ ਕੇ ਆਪ ਦੇਖ ਲਵੇ ਆ ਕੇ ਇੱਥੇ ਕਿੰਨੇ ਗਾਹਕ ਇੱਥੇ ਆ ਰਹੇ ਹੈ। ਫੈਕਟਰੀਆਂ ਬੰਦ ਕਰਾਓ ਜਿੱਥੋਂ ਤੇ ਕਰੋਨਾ ਹੁੰਦਾ ਪਿਆ, ਸਭ ਕੁਝ ਬੰਦ ਕਰਾਓ। ਠੇਕੇ ਸ਼ਰਾ ਦੇ ਬੰਦ ਕਰਾਓ, ਸਭ ਕੁਝ ਬੰਦ ਕਰਾਓ। ਅਸੀਂ ਐਗਰੀ ਹਾਂ, ਅਸੀਂ 10 ਦੁਕਾਨ ਬੰਦ ਨੂੰ ਐਗਰੀ ਫਿਰ ਐਗਰੀ ਹਾਂ, ਲੇਕਿਨ ਕਿਸੇ ਨੇ ਧੱਕਾ ਨਾ ਕਰੋ।
अपने जिहड़ा समाज छोटा ना धक्का ना करो, दुकानदार छोटे बहुत छोटे हैं इन्हां ना धक्का करो। यह मतलब यह नहीं कि तुम फैक्ट्रिया ना कोई साथ दे रहे हो तो दुकानदार साथ नहीं दे रहे। साड़ी सरकार तो हाथ जोड़ के बेनती है कि सारे कानून एक होवे, सब नू एक तरीके समझा जाए। कारगिरी हैगी है ना, बिल्कुल गलत चल रही है जी। कभी कहती है इधरले पासे बंद करो, इधरले पासे खोलो, ये चीज़ तो चलन ही नहीं देवे। दुकान मार्केट बंद होगी तो इकट्ठी होगी, नहीं तो नहीं होगी। यह रूल तो बिल्कुल ही गलत पैंदा। एक गल का मैं ये जवाब चाहिए वा, असी किराए ते बैठे दुकानदार, सानू किराया देना पैंदा, सानू पता सी किद्दां बहने आ, काम उत्तों नहीं हैगे। उत्तों ये दो शनिवार बंद किया, ऐतवार बंद किया, साथ दिता सोमवार जी फिर बंद। चलो जी आए धूप बत्ती जगाई, चलो बंद की कर लाँगे इत्थे, असी ठेके खुले रहिंदे सारे सारा दिन। गिद्दड़बाह दे विधायक अमरिंदर सिंह राजा वड़िंग दे सुपनिया दे शहर मिनी चंडीगढ़ गिद्दड़बाह नूं स्वच्छ भारत मुहिम अधीन मिले पंजाब विचों चौथे स्थान दी पोल खोलदे होए प्रोफेसर अते उग्गे समाज सेवी गुरप्रीत सिंह कोटली ने संघणी आबादी विच बने कूड़े दे डंप कोल खड़ के दिखाए इलाके दे असल हालात। स्वच्छ भारत दा जिहड़ा अभियान है जिहदे विच सफाई पक्खों उत्तरी भारत दे विच 16वां जिन्हां दी आबादी 50,000 तों वध है अते पंजाब दे विच चौथा स्थान दित्ता है। तुसीं इह देखो भी ओह शहर जिहदा कूड़ा जिहड़ा हैगा ओपन सुट्टिया जांदा, आ मेरे पिछे तुसीं देख रहे हो, ठीक है, ते सुट्टिया भी जांदा घनी आबादी दे विच, जदके नाल ही इहदे शहर आ फाटक टप के आ पिंड आ जांदा है, ठीक है। पिछे इधरले पासे आपां कहगे मेरे खब्बे हत्थ जिहड़ा सिवे आ जांदे आ, इहदे नाल जिहड़ा पिछे वाटर वर्क्स है, इत्थों जिहड़ा पानी प्रदूषित हो के इहदे, क्योंकि तुहानूं पता इत्थे कल्ला कागज़ नहीं सुट्टे जांदे, इत्थे सीवरेज सुट्टिया जांदा सारे दा सारा, मतलब कि जिहड़ा उस तों बिना इत्थे शहर दे कोले अजे तक पता नहीं किहड़े किहड़े हिसाब ने इन्हां ने चौथे नंबर ते कढ़िया। मैं उहदे बारे पुछना चाहुंदा साडियां सरकारां नूं, दोनों सरकारां तों, सेंटर सरकार तों भी ते पंजाब सरकार तों भी, ते तीजे जिहड़ी सर्वे करन वाली एजेंसी है, भी जां तां इहदा मतलब इह आ कि पूरे पंजाब दा हालात आ जिहड़े गिद्दड़बाह तों ही माड़े है, भी जिथे इन्ना गंद जिहड़ा ओपनली पिया होवे। इस तों बिना मैं पिछली वीडियो दे विच दिखाया भी सीगा, मैं आपदे पेज ते लाइव होया सी गुरप्रीत कोटली ते, कि जिथे राजा वड़िंग साहब ने पार्क बनाया उहदे सामने 2-2.5 किले जमीन वह भी बिल्कुल इस तरह का जिहड़ा हैगा उत्थे गंद पाया होया, बिल्कुल आपां कहिंगे उत्थे कोई खड़ नहीं सकदा। तो इस तों बिना गिद्दड़बाह दे जिन्ने भी इन्हां ने जिहड़ा हैगा आपां कहिंगे शौचालय है जिहड़े अपने पब्लिक टॉयलेट हुंदे है जां तां उह बंद पए आ, ते जिहड़े खुले है उहनां दे विच कोई बंदा बाथरूम नहीं कर सकदा, इह गरंटी है। मामला कूड़े दा जी, इह जिहड़ा कूड़ा आई वोटां वेले कहिंदे वी इसकी मैंबर बना दिओ, ਇਹ ਕੂੜਾ ਚੱਕਿਆ ਜਾਊਗਾ, 15 ਸਾਲ ਹੋ ਗਏ ਸਾਨੂੰ ਲਾਰਾ ਲਾਈ ਜਾਂਦੇ ਨੂੰ, ਕਿਸੇ ਨੇ ਕੂੜਾ ਨਹੀਂ ਚੱਕਿਆ ਇਹ, ਅਤੇ ਸਾਡੇ ਘਰਾਂ 'ਚ ਗੰਦ ਵਰੀ ਜਾਂਦਾ, ਨੇੜੇ ਸ਼ਮਸ਼ਾਨ ਘਾਟ ਆ ਵਾਟਰ ਬਕਸ ਆ, ਉਹਦਾ ਪਾਣੀ ਵੀ ਲੀਕ ਹੋ ਕੇ ਲੋਕਾਂ ਨੂੰ ਜਾਈ ਜਾਂਦਾ, ਕੋਈ ਇੱਥੇ ਪ੍ਰਬੰਧ ਨਹੀਂ ਗਾ, ਸਾਰਾ ਸਾਡਾ ਬੁਰਾ ਹਾਲ ਆ ਜੀ। ਨੇੜੇ ਤੇੜੇ ਮੱਖੀ ਬਹੁਤ ਤੰਗ ਕਰਦੀ ਆ, ਸੁਸਰੀ ਬਹੁਤ ਤੰਗ ਕਰੀ ਜਾਂਦੀ ਹੈ, ਮਰੇ ਪਸ਼ੂ ਛੱਡ ਜਾਂਦੇ ਲੋਕ ਇੱਥੇ। ਗਿੱਦੜਬਾਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਆਪਣੇ ਦਫ਼ਤਰ ਵਿੱਚ ਕੀਤੀ ਗਈ। ਇਸ ਮੌਕੇ ਬੀਬੀ ਗੁਰਦਿਆਲ ਸਿੰਘ ਮੱਲਣ, ਐਡਵੋਕੇਟ ਗੁਰਮੀਤ ਸਿੰਘ ਮਾਨ, ਹਰਜੀਤ ਸਿੰਘ ਨੀਲਾ ਮਾਨ, ਸਨੀ ਢਿੱਲੋਂ, ਜਗਤਾਰ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਆਦਿ ਸ਼ਾਮਿਲ ਰਹੇ। ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਡਿੰਪੀ ਵਿਨਾਇਕ ਅਤੇ DFSC ਦੀਵਾਨ ਚੰਦ ਤੇ ਸਾਲ 2019-20 ਦੌਰਾਨ ਸੈਲਰਾਂ ਦੀ ਖਰੀਦ ਕੇਂਦਰਾਂ ਅਨਾਜ ਮੰਡੀਆਂ ਨਾਲ ਲੀਕੇਜ ਵਿੱਚ ਕਰੋੜਾਂ ਰੁਪਏ ਦੇ ਘਪਲੇ ਕਰਨ ਦੇ ਲਗਾਏ ਆਰੋਪ। ਦੂਜੇ ਪਾਸੇ ਜ਼ਿਲ੍ਹਾ ਫੂਡ ਕੰਟਰੋਲਰ ਦੀਵਾਨ ਚੰਦ ਸ਼ਰਮਾ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਿਆ। ਮਾਮਲਾ ਵੈਸੇ ਤਾਂ ਮੈਂ ਸਾਰਾ ਦੱਸਦਾ ਜੀ, ਇਹ ਇੱਕ ਬੜਾ ਭਾਰੀ ਲਿੰਕੇਜ ਦਾ ਮਾਮਲਾ ਜਿਹੜਾ DFSC ਨੇ ਸਾਡੇ ਇੱਥੋਂ ਦੇ MLA ਰਾਜਾ ਵੜਿੰਗ ਅਤੇ ਉਹਦਾ ਸਾਲਾ ਡੰਪੀ ਸ਼ੰਪੀ ਕੀ ਵੱਜਦਾ ਜੀ, ਉਹਦੇ ਨਾਲ ਮਿਲ ਕੇ ਇਹਨਾਂ ਨੇ ਪੂਰਾ ਸ਼ੈਲਰ ਮਾਫੀਆ ਬਣਾਇਆ ਵਿਆ ਔਰ ਠੋਕ ਕੇ ਜੱਟਾਂ ਨੂੰ ਇਹਨਾਂ ਨੇ ਲੁੱਟਿਆ, ਜਿਹੜੀ ਅਸੀਂ ਕਿਸੇ ਕੀਮਤ 'ਤੇ ਟੋਲਡੇਟ ਨਹੀਂ ਕਰਾਂਗੇ। ਇਹਦੀ ਇਨਕੁਆਇਰੀ ਵੀ ਮੈਂ ਭਾਰਤ ਭੂਸ਼ਣ ਜੀ ਤੋਂ ਮੰਗ ਕਰਦਾ ਵੀ ਪ੍ਰੋਪਰ ਇਨਕੁਆਇਰੀ ਕਰਕੇ ਇਹਨਾਂ ਨੂੰ ਸਜ਼ਾ ਦਿਓ ਜੋ ਇਹਨਾਂ ਦੀ ਬਣਦੀ ਆ, ਔਰ ਜੋ ਜ਼ਿਮੀਂਦਾਰਾਂ ਨਾਲ ਇਹਨਾਂ ਨੇ ਠੱਗੀ ਮਾਰੀ ਆ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਵਾਪਸ ਦਿਓ, ਅਤੇ ਨਹੀਂ ਤਾਂ ਸਾਰੀ ਸੰਗਤ ਸਾਰੀ ਪੰਜਾਬ ਦੀ ਜਨਤਾ ਇਹ ਸਮਝੂਗੀ ਕਿ ਇਹ ਭਾਰਤ ਭੂਸ਼ਣ ਮੰਤਰੀ ਵੀ ਵਿੱਚ ਹੀ ਰਲਿਆ ਹੋਇਆ। ਕਿੰਨੇ ਦਾ ਚੂਨਾ ਲਾਇਆ ਗਿਆ ਜਿਹੜੇ ਸ਼ੈਲਰ ਹੈ? ਕਰੋੜਾਂ ਰੁਪਏ ਦਾ ਚੂਨਾ ਜੀ, ਕਰੋੜਾਂ ਰੁਪਏ ਦਾ ਚੂਨਾ। ਤੁਸੀਂ ਇਹ ਦੇਖੋ ਵੀ 8 ਕਿਲੋਮੀਟਰ ਸਰਕਾਰ ਦੀ ਲੈਟਰ ਆਈ ਆ, ਇਹਨਾਂ ਨੇ ਲੈਟਰ ਨੂੰ ਛਿੱਕੇ ਟੰਗਤਾ,
इन्होंने कोई वैल्यू 30-30 किलोमीटर 40-40 किलोमीटर की इन्होंने लिंकेज की भी और पैसे सारे सरकार ने दिते आ जबकि राइट शैलर वाले का बनता भी 8 किलोमीटर तो उत्ते कोई भी शैलर वाला माल चकता आपकी मर्जी ना तो वह पैसा शैलर वाला खुद देगा असी हाई कोर्ट के केस पावे जी पहला वाला केस भी साडा तैयार आ मिट्टी के तेल वाला यह भी साडा तैयार आ इन्हों सारे सदा जी उत्थे भी की होया विद शैलर मालकों की भी नाल नोटिस पावे प्लस विचे DFSC के विचे असी मंत्री भी पार्टी बनावे जी उन्हें इनक्वायरी मार्क करके इनू सस्पेंड ना किया। समाणा के पेंडू खेत्र विच नहीं सगो शहरी खेत्र विच पाए जा रहे ने कोरोना के वद मरीज। हरपाल सिंह किहड़े पिंड तों? मरदेड़ी जी। मरदेड़ी मरदेड़ी कोई कोरोना का मरीज है कोई पिंड चो? कोई नहीं है जी। कोई पिंड चो कोई मरीज नहीं है? कोई मरीज नहीं है। बिल्कुल सुखसान पिंड सारा? ओके जी बिल्कुल। कोई मरीज नहीं है? कोई मरीज नहीं है। इस तुसी की कहना चाहते हो शहर से कोरोना पॉजिटिव क्यों आ रहे हैं पिंड कोई मरीज है नहीं ये समस्या की है कोई पता इस चीज़ का? ਮਰੀਜ਼ ਹੈ ਕੋਈ ਪਤਾ ਨਹੀਂ ਲੋਕਡਾਊਨ ਲਾਈ ਜਾਂਦੇ ਨੇ ਤਕਰੀਬਨ ਪਰੇਸ਼ਾਨੀ ਕਰਨ ਵਾਲੀ ਕੰਮ ਜਿਹੜਾ ਮਤਲਬ ਕਿ ਸ਼ਹਿਰਾਂ ਵਿੱਚ ਕਰੋਨਾ ਫੈਲਿਆ ਇੱਕ ਕਾਰਨ ਕਿ ਤੁਸੀਂ ਕਿਹੜੇ ਕਿਹੜੇ ਪਿੰਡਾਂ ਜਾ ਕੇ ਹੱਡੀਆਂ ਦਾ ਇਲਾਜ ਕਰਦੇ ਹੋ ਜਿਹੜਾ ਹੱਡ
ਕਰਨਾ ਵਾ ਅੱਜ ਤੱਕ ਮੈਨੂੰ ਕੋਈ ਮਰੀਜ਼ ਨਹੀਂ ਮਿਲਿਆ ਕਰੋਨਾ ਦਾ ਜੀ।